ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਮਨੋ ਭਾਵੇਂ ਨਾਮ ਨੂੰ ਪਰ ਹੈ ਸੱਚ ਤੁਸੀਂ ਸੋਚਦੇ ਹੋਵੋਗੇ ਮੈਂ ਇਹ ਕੀ ਬੋਲ ਰਿਹਾ ਹਾਂ ਸਟਾਰਟਿੰਗ ਦੇ ਵਿੱਚ ਪਰ ਅੱਜ ਜੋ ਇਸ ਐਪੀਸੋਡ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਉਹਨਾਂ ਨੂੰ ਸੁਣ ਕੇ ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ ਪਰ ਉਹ ਗੱਲਾਂ ਬਿਲਕੁਲ ਅਸਲ ਦੇ ਵਿੱਚ ਸੱਚ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੱਤੀ ਤੇ ਬਾਪੂ ਦੇ ਕਿਸੇ ਪੋਡਕਾਸਟ ਸੀਰੀ ਤੁਸੀਂ ਵੇਖ ਰਹੇ ਹੋ ਤੇ ਸ਼ਮਸ਼ੇਰ ਸੰਧੂ ਸਾਹਿਬ ਨਾਲ ਗੱਲਾਂ ਬਾਤਾਂ ਚੱਲਦੀਆਂ ਨੇ ਤੇ ਅੱਜ ਦੇ ਐਪੀਸੋਡ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਸ਼ਮਸ਼ੇਰ ਸੰਧੂ ਸਾਹਿਬ ਦਾ ਤੇ ਗੱਲਾਂ ਬਾਤਾਂ ਜਿਹੜੀਆਂ ਹੋਣਗੀਆਂ ਅੱਜ ਬੜੀਆਂ ਦਿਲਚਸਪ ਹੋਣਗੀਆਂ ਤੇ ਅੱਜ ਇੱਕ ਵੱਖਰਾ ਰੂਪ ਵੱਖਰਾ ਅੰਦਾਜ਼ ਸੰਧੂ ਸਾਹਿਬ ਦਾ ਇਸ ਐਪੀਸੋਡ ਦੇ ਵਿੱਚ ਦੇਖੂਗਾ ਸੋ ਐਂਡ ਦਾ ਕੀ ਐਪੀਸੋਡ ਜ਼ਰੂਰ ਦੇਖਿਓ ਆਓ ਪਹਿਲਾਂ ਸਵਾਗਤ ਕਰਦੇ ਆਂ ਸੱਸੀਗਾ ਸੰਧੂ ਸਾਹਿਬ ਹਾਂ ਜੀ ਸੱਤੀ ਜੀ ਕੀ ਹਾਲ ਚੱਲਿਆ ਜੀ ਠੀਕ ਠਾਕ ਅੱਜ ਫਿਰ ਜਿਹੜਾ ਐਪੀਸ ਹਾਂ ਹਾਂ ਇਹਦੀ ਐਕਸਾਈਟਮੈਂਟ ਮੈਨੂੰ ਖੁਦ ਨੂੰ ਬਹੁਤ ਹੈ ਵੈਸੇ ਤਾਂ ਜਿੰਨੇ ਵੀ ਆਪਾਂ ਅੱਜ ਤੱਕ ਐਪੀਸੋਡ ਕੀਤੇ ਨੇ ਕਦੇ ਵੀ ਸੋਚ ਕੇ ਜਾਂ ਕੁਝ ਵੀ ਐਸਾ ਡਿਸਕਸ਼ਨ ਕਰਕੇ ਨਹੀਂ ਕੀਤਾ ਹੈ ਨਾ ਸਾਰਾ ਕੁਝ ਜੋ ਫਲੋ ਦੇ ਵਿੱਚ ਰਿਹਾ ਉਵੇਂ ਹੀ ਰਿਹਾ ਪਰ ਅੱਜ ਕੁਝ ਕੁਝ ਗੱਲਾਂ ਦਾ ਹਿੰਟ ਵੀ ਹੈਗਾ ਹੂੰ ਸੋ ਐਕਸਾਈਟਮੈਂਟ ਐਸੇ ਕਰਕੇ ਥੋੜੀ ਜ਼ਿਆਦਾ ਹੈਗੀ ਹੈ ਹਾਂ ਹਾਂ ਤੇ ਸੰਤੂ ਸਾਹਿਬ ਕੁਝ ਗੱਲਾਂ ਐਸੀਆਂ ਨੇ ਇੰਡਸਟਰੀ ਦੇ ਵਿੱਚ ਸ਼ਾਇਦ ਜਿਹੜੇ ਲੋਕ ਸੁਣਦੇ ਹੋਣਗੇ ਹਾਂ ਹਾਂ ਉਹਨਾਂ ਨੂੰ ਉਹ ਸੁਣ ਕੇ ਸ਼ਾਇਦ ਯਕੀਨ ਨਾ ਆਪੇ ਪਰ ਮੈਂ ਚਾਹੁੰਨਾ ਕਿ ਉਹ ਗੱਲਾਂ ਪਰ ਲੋਕਾਂ ਤੱਕ ਪਹੁੰਚਾਣੀਆਂ ਜ਼ਰੂਰ ਚਾਹੀਦੀਆਂ ਆਪਾਂ ਨੂੰ ਸੋ ਉਹ ਗੱਲਾਂ ਜਿਹੜੀਆਂ ਤੁਸੀਂ ਆਪਣੇ ਤੱਕ ਹੀ ਸੀਮਿਤ ਰੱਖੀਆਂ ਹੋਈਆਂ ਮੈਂ ਚਾਹੁੰਨਾ ਕਿ ਅੱਜ ਬਾਹਰ ਆਣ ਦੋ ਉਹ ਇਸ ਤਰ੍ਹਾਂ ਉਦਾਂ ਜਿਹੜਾ ਆਪਾਂ ਕਈ ਵਾਰ ਗੈਰ ਰਸਮੀ ਮੂਡ 'ਚ ਬੈਠੇ ਹੁੰਨੇ ਆ ਹਾਂਜੀ ਤੇ ਉਹ ਗੱਲਾਂ ਚੱਲਦੀਆਂ ਰਹਿੰਦੀਆਂ ਜਦੋਂ ਰਸਮੀ ਤੌਰ ਤੇ ਕਰਦੇ ਆ ਥੋੜਾ ਜਿਹਾ ਸੁਚੇਤ ਹੋ ਕੇ ਕਰਨ ਲੱਗ ਜਾਂਦੇ ਆ ਹੈਨਾ ਤੇ ਇਦਾਂ ਨਹੀਂ ਅਸੀਂ ਇੱਕ ਵਾਰ ਸੋਚੀ ਜੀ ਬਣਾ ਰਹੇ ਸੀ ਵੀ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਨਾ ਬਲੀਵ ਇਟ অর ਨਾ ਬਿਲਕੁਲ ਤੇ ਪੰਜਾਬੀ ਚ ਉਹਦਾ ਹੁੰਦਾ ਵਧੀਆ ਨਵਾਦ ਆ ਹੋ ਕੇ ਮੰਨੋ ਭਾਵੇਂ ਨਾ ਪਰ ਹੈ ਸੱਚ ਫਿਰ ਅਸੀਂ ਕਿੇ ਵੀ ਅੱਜਦੋਂ ਆਪਣੇ ਖੇਤਰ ਚ ਨਿਗਾਹ ਮਾਰੀ ਬਹੁਤ ਇਦਾਂ ਦੀਆਂ ਕਠਿਨਾਵਾਂ ਨਿਕਲਿਆ ਆਉਂਦੀਆਂ ਹੁਣ ਦੇਖੋ ਵੀ ਜਿਵੇਂ ਜਿਹੜਾ ਹੈਸੀ ਨਾ ਕੀ ਮਮਲ ਕੀ ਉਹ ਆ ਮਸਤੀਕ ਰਣਜੀਤ ਕੌਰ ਨੇ ਗਾਇਆ ਜੀ ਪਹਿਲਾਂ ਤਾਂ ਇਹ ਸੀਗਾ ਪਤਾ ਨਹੀਂ ਸੀ ਲੱਗਦਾ ਵੀ ਲਿਖਿਆ ਕੀ ਦਾ ਚਲੋ ਗੱਲ ਸਾਹਮਣੇ ਆ ਗਈ ਵੀ ਇਹ ਢਾਡੀ ਸੋਹਣ ਸਿੰਘ ਸੀਤਲ ਦਾ ਲਿਖਿਆ ਹੈ ਦੂਜੀ ਇਹਦੇ ਵਿੱਚ ਜਿਹੜੀ ਹੈ ਆਪਾਂ ਜਿਹੜੀਆਂ ਗੱਲ ਚ ਉਹਨੂੰ ਪਾਉਨੇ ਆ ਜਿਸ ਖਾਤੇ 'ਚ ਕਿ ਮੰਨੋ ਭਾਵੇਂ ਨਾ ਪਰ ਹੈ ਸੱਚ ਇੱਕ ਗਾਇਕਾ ਸੀ ਸੁਮਨ দত্ত ਉਹਦੇ ਪਿਤਾ ਜੀ ਬਸੰਤ ਇਹ ਬਸੰਤ ਦੀ ਆਵਾਜ਼ ਦੇ ਵਿੱਚ ਇਹ ਸਾਰੀ ਕੀਮਾ ਮਲਕੀ ਪਹਿਲਾਂ ਰਿਕਾਰਡ ਹੋਈ ਸੀ ਲੇਕਿਨ ਉਹ ਸਾਹਮਣੇ ਨਹੀਂ ਆਈ ਉਹ ਨਹੀਂ ਚੱਲੇ ਕੀਮਾ ਮਲਕੀ ਤੇ ਸਦੀਕ ਉਹਨਾਂ ਦੀ ਆਵਾਜ਼ ਜਾ ਕੇ ਉਹ ਸਦਾ ਬਹਾਰ ਆਈਟਮ ਬਣ ਗਈ ਤੇ ਫਿਰ ਹਰ ਵਾਰ ਇਹੀ ਕਹਿਣਾ ਪੈਂਦਾ ਵੀ ਮੰਨੋ ਭਾਵੇਂ ਨਾ ਪਰ ਹੈ ਇਹ ਸੱਚ ਪਰ ਹੈ ਇਹ ਸੱਚ ਇਸੇ ਤਰ੍ਹਾਂ ਦੇਖੋ ਵੀ ਜਿਹੜਾ ਇੱਕ ਗੀਤ ਬਹੁਤ ਚੱਲਿਆ ਸੀਗਾ ਕੁਲਵਿੰਦਰ ਢਿਲੋਂ ਦਾ ਕਚਹਿਰੀਆਂ ਚ ਮੇਲੇ ਲੱਗਦੇ ਜੀ ਬਹੁਤ ਵਰੀਆ ਗੀਤ ਉਹਦੀ ਆਡੀਓ ਵੀ ਤੇ ਵੀਡੀਓ ਵੀ ਹੁਣ ਇਹਦਾ ਪਿਛੋਕੜ ਇਹ ਆ ਕਿ ਇਹ ਗੀਤ ਕੁਲਵਿੰਦਰ ਢਿਲੋਂ ਤੋਂ ਪਹਿਲਾਂ ਇਹ ਅੰਗਰੇਜ਼ ਅਲੀ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋ ਗਿਆ ਸੀ ਉਹਦੇ ਵਿੱਚ ਉਹ ਕੰਪਨੀ ਦਾ ਤੇ ਸਿੰਗਰ ਦਾ ਕੋਈ ਮਨਮਟਾਵ ਹੋ ਗਿਆ ਸ਼ਾਇਦ ਕੋਈ ਬਾਹਰ ਬੂਰ ਜਾਣਦਾ ਸੀਗਾ ਨਾਲ ਕੋਈ ਬੰਦੇ-ਬੰਦੇ ਕੱਢਣ ਦਾ ਸੀ ਕੋਈ ਇਦਾਂ ਦਾ ਸੁਣਨ ਵਿੱਚ ਆਇਆ ਵੀ ਉਹਦੇ ਵਿੱਚ ਉਹ ਗੱਲ ਉਹਨਾਂ ਦੀ ਉਹਨਾਂ ਦੀ ਸਾਝ ਜੋਰ ਨਾ ਹੋਈ ਸਿਰੇ ਨਾਲ ਲੱਗੇ ਤੇ ਇਸ ਕਰਕੇ ਕੰਪਨੀ ਨੇ ਦੁਖੀ ਹੋ ਕੇ ਅੰਗਰੇਜ਼ ਅਲੀ ਵਾਲਾ ਰੱਖਤਾ ਪਾਸੇ ਤੇ ਉਹ ਕੁਲਵਿੰਦਰ ਢਿੱਲੋਂ ਤੋਂ ਗਵਾ ਲਿਆ ਤੇ ਕੁਲਵਿੰਦਰ ਢਿੱਲੋਂ ਦੇ ਜਿਹੜੇ ਬਹੁਤ ਹਿੱਟ ਗੀਤ ਆ ਉਹਨਾਂ ਚ ਗੀਤ ਗਿਨੇ ਜਾਂਦਾ ਸੋ ਅੰਗਰੇਜ਼ ਅਲੀ ਦਾ ਗੀਤ ਵਜਣ ਦੀ ਵਜਾਏ ਇੱਕ ਕੁਲਵਿੰਦਰ ਢਿੱਲੋਂ ਦਾ ਗੀਤ ਬਣ ਗਿਆ ਮੰਨੋ ਭਾਵੇਂ ਨਾ ਪਰ ਹੈ ਸੱਚ ਸੱਚ ਜੀ ਇਸੇ ਤਰ੍ਹਾਂ ਮੇਰਾ ਇੱਕ ਗੀਤ ਸੀ ਭੁਪਿੰਦਰ ਬੱਬਲ ਦੀ ਰਿਕਾਰਡਿੰਗ ਕੀਤੀ ਫਾਈਨ ਟੋਨ ਨੇ ਤੇ ਉਚੀਚਾ ਕਹਿੰਦੇ ਵੀ ਤਕੜਾ ਜਿਹਾ ਗੀਤ ਚਾਹੀਦਾ ਤੂ ਮੈਂ ਗੀਤ ਦਿੱਤਾ ਰਿਕਾਰਡ ਹੋ ਗਿਆ ਸੱਤੇ ਅੱਠੇ ਗੀਤ ਭਪਿੰਦਰ ਬੱਬਲ ਦੀ ਆਵਾਜ਼ 'ਚ ਸਾਡੇ ਕਹਿਣ ਦੇ ਉੱਤੇ ਪਾਇਨ ਟੋਨ ਨੇ ਕੈਸਟ ਮੈਜਰ ਕਰ ਲਈ। ਤੇ ਰਜਿੰਦਰ ਸਿੰਘ ਗੁਣੀ ਦੱਸਦੇ ਵੀ ਉਦੋਂ ਬਾਅਦ ਬੱਬਲ ਨੇ ਸ਼ਰਤ ਰੱਖਤੀ ਵੀ ਪਹਿਲਾਂ ਮੇਰੇ ਭਰਾ ਸੱਤੀ ਦੀ ਕੈਸਟ ਕੱਢੋ ਤੇ ਫੇਰ ਮੇਰੀ ਰਿਲੀਜ਼ ਕਰਿਓ। ਉਹ ਇਸ ਗੱਲ ਤੇ ਉਹ ਅੜ ਗਏ ਉਹ ਕਹਿੰਦੇ ਵੀ ਇਹ ਕੀ ਗੱਲ ਬਣੀ। ਉਹ ਇਹਨੇ ਦੁਖੀ ਹੋਏ ਉਹਨਾਂ ਨੇ ਉਹ ਪ੍ਰੋਜੈਕਟ ਠੱਪ ਕਰਤਾ। ਤੇ ਕੀ ਹੋਇਆ ਵੀ ਉਹ ਕਹਿੰਦੇ ਵੀ ਇਹ ਗੀਤ ਹੁਣ ਬਈ ਜਿਹੜਾ ਬੱਬਲ ਨੂੰ ਦਿੱਤਾ ਸੀਗਾ ਇਹ ਹੋਰ ਕਿਤੇ ਗੁਆਇਆ ਜਾਵੇ ਤੇ ਫਿਰ ਉਹ ਬਿੰਦ ਰਖੀਏ ਦੀ ਗਾ ਰਿਕਾਰਡਿੰਗ ਹੋਣੀ ਸੀ ਉਹ ਬਿੰਦ ਰਖੀਏ ਤੋਂ ਗੁਆਇਆ ਗਿਆ ਤੇ ਬਿੰਦ ਰਖੀਏ ਦੀ ਕੈਸਟ ਦਾ ਉਹ ਟਾਈਟਲ ਗੀਤ ਬਣਿਆ ਉਹ ਗੀਤ ਦੇ ਬੋਲ ਸੀ ਜੱਟੀਏ ਮਜਾਜਾਂ ਪਟਟੀਏ ਅੱਛਾ ਜੀ ਮੰਨੋ ਭਾਵੇਂ ਨਾ ਪਰ ਹੈ ਇਸ ਪਰ ਹੈ ਸੱਚ ਜੀ ਇਸੇ ਤਰ੍ਹਾਂ ਇਹ ਬੜੀ ਲੰਮੀ ਲਿਸਟ ਬਣਦੀ ਆ ਅ ਦਦਾਰ ਸੰਧੂ ਦੇ ਬਾਰਿਆਮ ਗਿਣਿਆ ਜਾਂਦਾ ਕਿ ਵਿਦੂਦਾਰ ਸੰਧੂ ਆਪ ਦੀ ਸਾਰੇ ਗੀਤ ਆਪ ਹੀ ਲਿਖਦਾ ਸੀ ਗਾਉਂਦਾ ਸੀ ਪਰ ਕੁਝ ਥਾਵਾਂ ਤੇ ਇਸ ਤਰ੍ਹਾਂ ਵੀ ਹੋਇਆ ਹੁਣ ਉਹਨੇ ਇੱਕੋ ਇੱਕ ਕਲੀ ਗਾਈ ਸੀ ਉਹ ਕਲੀ ਦੇ ਬੋਲ ਸੀ ਸ਼ੀਸ਼ਾ ਲੈ ਲੈ ਵਹਿੰਦੀ ਲਾਉਂਦੀ ਟਿੱਕੇ ਬਿੰਦੀਆਂ ਨੂੰ ਬਣ ਬਣ ਬਿੰਦੀ ਉੱਡਦੀ ਪਰੀਆਂ ਦੀ ਉਡਾਰੀ ਚੱਲ ਅਜ ਵਿਛੜੇ ਯਾਰ ਮਲਾਈਏ ਨਹੀਂ ਰਣਦੇ ਮੇਰੀਏ ਲੈ ਕੇ ਨਜ਼ਰਾਂ ਮਿਲ ਗਏ ਆਗੇ ਕਨ ਵਪਾਰੀ ਇਹ ਵਿਦੂਦਾਰ ਸੰਧੂ ਦੀ ਲਿਖੀ ਹੋਈ ਨਹੀਂ ਸੀ ਅੱਛਾ ਜੀ ਇਹ ਸੁਖਦੇਵ ਜਿਹੜਾ ਸੁਖਾ ਪੇਟੀ ਮਾਸਟਰ ਸੀ ਤੇ ਜਗਰੂ ਪ੍ਰੂਫ ਜਿਹੜੇ ਉਹਦੀ ਟੀਮ ਦੇ ਵਿੱਚ ਉਹਦੇ ਨਾਲ ਕੋਰਸ ਵੀ ਬੋਲਦੇ ਸੀ ਉਹਨਾਂ ਨੇ ਇਹ ਆਈਟਮ ਲਿਆ ਕੇ ਦਦਾਰ ਨੂੰ ਦਿੱਤੀ ਸੀ ਉਦੋਂ ਕਿਉਂਕਿ ਕਲੀਆਂ ਤੇ ਲੋਕ ਕਥਾਵਾਂ ਦਾ ਲਹਿਰ ਜੀ ਚੱਲ ਪਈ ਸੀ ਜਿਹ ਤਰ੍ਹਾਂ ਦਾ ਕਹਿ ਲਓਗੇ ਟ੍ਰੈਂਡ ਚੱਲ ਗਿਆ ਸੀ ਟ੍ਰੈਂਡ ਚੱਲ ਗਿਆ ਸੀਗਾ ਇਸ ਕਲੀ ਦਾ ਅਸਲ ਵਿੱਚ ਜਿਹੜਾ ਲੇਖਕ ਸੀਗਾ ਉਹ ਹਜੂਰਾ ਸਿੰਘ ਬਟਾਰੀ ਸੀ ਅੱਛਾ ਜੀ ਜਿਹੜਾ ਇਹ ਤਾਂ ਨਹੀਂ ਕਲੀਆਂ ਲਿਖਣ ਦੇ ਵਿੱਚ ਬਹੁਤ ਮਾਹਰ ਸੀ ਸੋ ਇਹ ਹਜੂਰਾ ਸਿੰਘ ਬਟਾਰੀ ਦੀ ਸੀ ਦਦਾਰ ਸੰਧੂ ਦੀ ਨਹੀਂ ਸੀ ਮੰਨੋ ਭਾਵੇਂ ਨਾ ਪਰ ਹੈ ਇਹ ਸੱਚ ਪਰ ਹੈ ਇਹ ਸੱਚ ਮਿੱਥ मतलब ਕਿ ਅੱਜ ਤੱਕ ਵੀ ਉਹੀ ਬਣੀ ਹੋਈ ਹੈ ਕਿ ਉਹਨਾਂ ਦੀ ਲਿਖੀ ਹੋਈ ਹੈ ਹਾਂ ਹਾਂ ਤੇ ਇਸੇ ਤਰ੍ਹਾਂ ਇਹ ਇੰਨੀ ਗਾਂ ਲੰਮੀ ਲਿਸਟ ਆ ਕਿੱਥੇ ਕਿੱਥੇ ਕਰੀਏ ਆਪਾਂ ਬਈ ਜਿਹੜਾ ਗੀਤ ਹੈ ਨਾ ਟੁੱਟ ਗਈ ਤੇ ਰੱਖ ਕਰਕੇ ਹਾਂਜੀ ਗੁਰਦਾਸ ਮਾਨ ਦਾ ਜੀ ਬਹੁਤ ਮਸ਼ਹੂਰ ਗੀਤ ਹੈ ਤੇ ਪਹਿਲੇ ਪਹਿਲੇ ਪਹਿਲ ਦਾ ਜੀ ਇਹ ਗੀਤ ਜਿਹੜਾ ਪੰ ਜਿਹੜਾ ਗਾਇਕ ਵੀ ਸੀ ਸੰਗੀਤਕਾਰ ਵੀ ਸੀ ਪਾਕਿਸਤਾਨ ਦਾ ਉਹਨੇ ਬਹੁਤ ਜ਼ਿਆਦਾ ਉਹਨੇ ਰੇਸ਼ਮਾ ਹੁਨਣਾ ਨੂੰ ਤੇ ਹੋਰਾਂ ਸਿੰਗਰਾਂ ਨੂੰ ਵੀ ਬਹੁਤ ਅੱਗੇ ਲਿਆਂਦਾ ਲਾਹੌਰ ਰੇਡੀਓ ਰਹੇ ਇਹ ਉਹਦਾ ਗਾਇਆ ਹੋਇਆ ਲਿਖਿਆ ਪਤਾ ਨਹੀਂ ਕਿਹਦਾ ਉਸ ਗਾਇਕ ਦਾ ਨਾਮ ਹੈ ਤਫੈਲ ਨਿਆਜ਼ੀ ਅੱਛਾ ਜੀ ਤੇ ਇਹ YouTube ਤੇ ਵੀ ਪਿਆ ਸੁਣ ਸਕਦੇ ਹੋ ਤੁਸੀਂ ਸੋ ਮੰਨੋ ਭਾਵੇਂ ਨਾ ਪਰ ਹੈ ਸੱਚ ਪਰ ਹੈ ਸੱਚ ਸੋ ਇਹ ਤਾਂ ਇਸ ਤਰ੍ਹਾਂ ਹੈ ਇੱਕ 뮤직 ਇੰਡਸਟਰੀ ਕੁਲਦੀਪ ਮਾਨਕ ਦਾ ਪਹਿਲਾ ਨਾਂ ਜਿਹੜਾ ਸੀਗਾ ਹਾਂਜੀ ਕੁਲਦੀਪ ਮਾਨਕ ਨਹੀਂ ਸੀ ਕੁਲਦੀਪ ਮਣਕਾ ਸੀ ਮਣਕੇ ਤੋਂ ਵੀ ਪਹਿਲਾਂ ਉਹਦਾ ਹੋਰ ਨਾਂ ਸੀ ਇਸੇ ਤਰ੍ਹਾਂ ਕਲियर ਕੰਠ ਦਾ ਜਿਹੜਾ ਨਾਂ ਉਹ ਮਦਨ ਜਲੰਦਰੀ ਨੇ ਤੇ ਮੈਂ ਰੱਖਿਆ ਸੀ ਉਹਦਾ ਅਸਲੀ ਨਾਂ ਤਾਂ ਹਰਵਿੰਦਰ ਆ ਅੱਛਾ ਜੀ ਇਸੇ ਤਰ੍ਹਾਂ ਜਿਹੜਾ ਗਵਿੰਦਰ ਕੋਹੇ ਨੂਰ ਆ ਉਹਦਾ ਅਸਲੀ ਨਾਂ ਅਛਰੂ ਆ ਸਾਬਰ ਗੋਟੀ ਦਾ ਜਿਹੜਾ ਅਸਲੀ ਨਾਂ ਸੀ ਉਹ ਸੁੱਚਾ ਸੀ ਅੱਛਾ ਜੀ ਇਹ ਸਿੰਗਰ ਬਣਨ ਤੋਂ ਪਹਿਲਾਂ ਇਹਦੇ ਕਿ ਹੁੰਦੇ ਸੀ ਨਕਲੀਏ ਹੁੰਦੇ ਸੀਗੇ ਨਕਲਾ ਲਾਉਂਦੇ ਸੀ ਤੇ ਮੁੰਡੇ ਕੁੜੀ ਦੇ ਕੱਪੜੇ ਪਾ ਕੇ ਨੱਚਦੇ ਹੁੰਦੇ ਸੀਗੇ ਹੂੰ ਸਬਰਕੋਟੀ ਜਿਹੜਾ ਸੁੱਚਾ ਇਹ ਉਹ ਕੁੜੀ ਆ ਕੁੜੀ ਬਣ ਕੇ ਇਹ ਨਕਲੀਆਂ ਦੀ ਟੀਮ ਦੇ ਵਿੱਚ ਨੱਚਦਾ ਰਿਹਾ ਪਹਿਲਾਂ ਅੱਛਾ ਜੀ ਮੰਨੋ ਪਾਵੇ ਨਾ ਪਰ ਹੈ ਪਰ ਹੈ ਸੱਚੀ ਬਾਕੀ ਇਹਦਾ ਗੱਲ ਮੈਨੂੰ ਵੀ ਅੱਜ ਪਤਾ ਲੱਗੀ ਹੈ ਕੋਲਾ ਬਰਕਤ ਸਿੱਧੂ ਇਹ ਤਾਂ ਲਿਸਟ ਵਿੱਚ ਵੀ ਨਹੀਂ ਸੀ ਗੱਲ ਜੀ ਬਰਕਤ ਸਿੱਧੂ ਅੱਛੇ ਬਹੁਤ ਮਚ्योर ਕਲਾਕਾਰ ਸੀ ਪਰ ਕੋਈ ਐਸਾ ਸਮਾਂ ਸੀ ਵੀ ਸਰਬਜੀਤ ਕੋਕੇ ਵਾਲੀ ਦੇ ਨਾਲ ਉਹ ਸਟੇਜ ਦੇ ਉੱਤੇ ਸਿਰ ਤੇ ਟੋਪੀ ਲੈ ਕੇ ਟੋਪੀ ਦੇ ਵਿੱਚ ਖੰਭ ਟੰਗ ਕੇ ਸਰਬਜੀਤ ਕੋਕੇ ਵਾਲੀ ਦੇ ਗੀਤਾਂ ਤੇ ਨੱਚਦਾ ਹੁੰਦਾ ਸੀ ਮਨੋਂ ਭਾਵੇਂ ਨਾ ਪਰ ਸੱਚ ਕੀ ਬਾਤ ਹੈ ਪੁੱਤ ਜੱਟਾਂ ਦੇ ਫਿਲਮ ਹਾਂਜੀ ਦੇ ਵਿੱਚ ਸੁਰਿੰਦਰ ਸ਼ਿੰਦੇ ਨੇ ਰੋਲ ਵੀ ਕੀਤਾ ਗੀਤ ਵੀ ਗਾਏ ਹੂੰ ਉਹ ਕਈ ਵਾਰ ਸਟੇਜਾਂ ਦੇ ਉੱਤੇ ਵੀ ਛਿੰਦੇ ਤੋਂ ਉਚੇਚਾ ਪੁੱਛਦੇ ਹੁੰਦੇ ਸੀਗੇ ਇਹਦਾ ਫਰਮਾਇਸ਼ ਆਉਂਦੀ ਹੁੰਦੀ ਸੀ ਵੀ ਉਸ ਫਿਲਮ ਦੇ ਡਾਇਲੌਗਸ ਨਾਲ ਉਹਦੇ ਵਿੱਚ ਉਹ ਜਿਹੜੇ ਡਾਇਲੌਗ ਪਪੂਲਰ ਹੋਏ ਉਹਨਾਂ ਚੱਕੇ ਸੀ ਵੀ ਅਸੀਂ ਸ਼ੇਰ ਦੇ ਜਵਾੜਿਆਂ 'ਚ ਹੱਥ ਪਾਈਏ ਤੇ ਜਵਾੜੇ ਚੀਰ ਕੇ ਰੱਖ ਦਈਏ ਤੇ ਇੱਥੇ ਤਾੜੀਆਂ ਵਾਜਦੀਆਂ ਸੀ ਛਿੰਦਾ ਜਦੋਂ ਸਟੇਜ ਤੇ ਸੁਣਾਉਂਦਾ ਹੁੰਦਾ ਸੀ ਸੋ ਇਸ ਤਰ੍ਹਾਂ ਛਿੰਦੇ ਦੇ ਡਾਇਲੌਗ ਕਾਫੀ ਪਪੂਲਰ ਹੋਏ ਪੁੱਤ ਜੱਟਾਂ ਦੀ ਫਿਲਮ ਵਿੱਚ ਉਹ ਜਿਹੜੇ ਡਾਇਲੌਗ ਪਪੂਲਰ ਹੋਏ ਛਿੰਦੇ ਦੇ ਉਹ ਛਿੰਦੇ ਦੀ ਤਾਂ ਆਵਾਜ਼ ਹੀ ਨਹੀਂ ਸੀ। ਅੱਛਾ ਹੀ। ਉਹ ਤਾਂ ਜਿਹੜਾ ਦੀਪ ਢਿਲੋਂ ਆਰਟਿਸਟ ਆ। ਉਹ ਪਹਿਲਾਂ ਡਬਿੰਗ ਆਰਟਿਸਟ ਹੁੰਦਾ ਸੀ ਦੀਪ ਢਿਲੋਂ। ਹੂੰ। ਉਹ ਸਾਰੇ ਦੇ ਸਾਰੇ ਛਿੰਦੇ ਵਾਲੇ ਡਾਇਲੌਗ ਤਾਂ ਦੀਪ ਢਿਲੋਂ ਦੀ ਆਵਾਜ਼ ਦੇ ਵਿੱਚ ਡੱਬ ਕੀਤੇ ਹੋਏ ਹੋਏ ਬਨੇ। ਅੱਛਾ। ਸੋ ਮਨੋਪਮੈਨਾ ਪਰ ਐਕਸੈਕਟ। ਕੀ ਆਵਾਜ਼। ਬੜਾ ਕੱਲ ਬਹੁਤ ਆ। ਬਿਲਕੁਲ। ਇਸ ਗੱਲਾਂ ਮਤਲਬ ਕਿ ਮੈਨੂੰ ਆਪ ਨੂੰ ਮਤਲਬ ਕਿ ਮੈਂ ਸੋਚ ਰਿਹਾ ਕਿ ਇਹ ਗੱਲਾਂ ਦਾ ਪਤਾ ਹੀ ਨਹੀਂ ਲੱਗਣੀਆਂ ਸੀ ਕਦੇ ਵੀ ਹੈ ਨਾ। ਕਿਆ ਬਾਤ ਹੈ ਤੇ ਆਪਣੇ ਕੋਲ ਹੈਗੀਆਂ 4-500 ਵੈਸੇ ਇਤਨੀ ਆਪਾਂ ਫਿਰ ਟਾਈਮ-ਟਾਈਮ ਨਾਲ ਕਹਿੰਦੇ ਆ ਨਾ ਕਦੇ ਓਵਰਡੋਜ਼ ਵੀ ਨਹੀਂ ਦੇਣੀ ਚਾਹੀਦੀ ਤੇ ਰੋਜ਼ ਲਿਮਟ 'ਚ ਹੀ ਦੇਣੀ ਚਾਹੀਦੀ ਹੈ ਨਾ ਦਰਸ਼ਕਾਣਾ ਸੋ ਇਹ ਜੀ ਬਹੁਤ ਸਾਰੀਆਂ ਗੱਲਾਂ ਆਪਾਂ ਮਤਲਬ ਕਿ ਸਮੇਂ-ਸਮੇਂ 'ਤੇ ਕਰਦੇ ਰਹਿਵਾਂਗੇ ਪਰ ਅੱਜ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਵੱਖਰਾ ਰੂਪ ਇੱਕ ਵੱਖਰੇ ਅੰਦਾਜ਼ ਦੇ ਵਿੱਚ ਵੀ ਸੰਤੂ ਸਾਹਿਬ ਨੂੰ ਆਪਾਂ ਵੇਖਾਂਗੇ ਸੋ ਉਸ ਦੀ ਰਿਕਵੈਸਟ ਕਰਦਾ ਹਾਂ ਸੰਤੂ ਸਾਹਿਬ ਮੈਂ ਅਕਸਰ ਜਦੋਂ ਤੁਹਾਨੂੰ ਦੇਖਿਆ ਹੈ ਹੈਨਾ ਜਦੋਂ ਆਪਾਂ ਬੈਠੇ ਹੁੰਨੇ ਆ ਹੈਨਾ ਆਪਣੇ ਵੈਸੇ ਗੱਲਾਂ ਬਾਤਾਂ ਕਰਦੇ ਹੁੰਨੇ ਆ ਪਾਪਾ ਮੈਂ ਤੁਸੀਂ ਜਾਂ ਹੋਰ ਕੋਈ ਸਰਕਲ ਦਾ ਬੰਦਾ ਆਇਆ ਹੁੰਦਾ ਖਾਸ ਤੇ ਉਥੇ ਇੱਕ ਸੰਧੂ ਸਾਹਿਬ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਦਾ ਤੇ ਕੁਝ ਐਸੇ ਇਨਸਾਨ ਵੀ ਨੇ ਜਿਹੜੇ ਕਿ ਮਤਲਬ ਕਿ ਅ ਮਤਲਬ ਕਿ ਸੋਸਾਇਟੀ ਦੇ ਵਿੱਚ ਇੱਕ ਵਧੀਆ ਰੁਤਬਾ ਅੱਛਾ ਨਾਮ ਰੱਖਦੇ ਨੇ ਪਰ ਉਹ ਪਰਸਨਲੀ ਕਿਵੇਂ ਫਿਰ ਵਿਛੜਦੇ ਨੇ ਉਹ ਉਹਨਾਂ ਲੋਕਾਂ ਨੂੰ ਪਤਾ ਹੁੰਦਾ ਜਿਹੜੇ ਕਰੀਬੀ ਹੁੰਦੇ ਨੇ ਹੈਨਾ ਸੋ ਉਹਨਾਂ ਦੀ ਸੂਚੀ ਦੇ ਵਿੱਚ ਇੱਕ ਤੁਹਾਡੇ ਦੋਸਤ ਬਹੁਤ ক্লোਜ਼ ਨੇ ਕੇ ਦੀਪ ਜੀ ਹਾਂ ਆਪਣੇ ਸਮੇਂ ਦੇ ਮਸ਼ਹੂਰ ਕਮੇਡੀਅਨ ਰਹੇ ਹਨ ਸਿੰਗਰ ਰਹੇ ਹਨ ਨਾ ਤੇ ਇੱਕ ਵੱਖਰਾ ਅੰਦਾਜ਼ ਇੱਕ ਵੱਖਰਾ ਅੰਦਾਜ਼ ਹੀ ਉਹਨਾਂ ਦਾ ਸੋ ਉਹਨਾਂ ਦੇ ਮੈਂ ਕਹਿੰਨਾ ਕਿ ਉਹਨਾਂ ਦੀ ਵੀ ਇੱਕ ਬਹੁਤ ਵਧੀਆ ਹਾਂ ਕਾਪੀ ਜਿਹੜੀ ਹੈਗੀ ਤੁਸੀਂ ਕਰਦੇ ਹੋ ਮਤਲਬ ਕਿ ਉਹ ਓਚੋ ਰਹੇ ਬੈਠਿਆਂ ਵੀ ਇਦਾਂ ਕਰਦੇ ਰਹਿੰਦੇ ਸੀਗੇ ਅੱਛਾ ਜੀ ਜਿਹੜੇ ਹੁੰਦੇ ਅੰਦਾਜ਼ੇ ਸੀਗੇ ਹੂੰ ਸਟੇਜ ਤੇ ਵੀ ਉਹਦੇ ਕਰਦੇ ਰਹਿੰਦੇ ਸੀਗੇ ਹੂੰ ਗੱਲ ਕੀ ਕਰ ਰਿਆ ਲੈ ਜਾਂਦੇ ਕਿੱਧਰ ਨੂੰ ਇਹ ਉਹਦਾ ਸੁਭਾਅ ਹੀ ਬਣ ਗਿਆ ਸੀ ਮਤਲਬ ਇੱਕ ਤਾਂ ਉਹ ਆਪਦੀਆਂ ਇੱਕ ਤਾਂ ਮੂੰਹ ਦੇ ਨਾਲ ਉਹ ਸਾਰੇ ਸਾਜ਼ ਜਿਵੇਂ ਜਲਾ ਲੈਂਦੇ ਟੈਨੋੜਾ ਕੀ ਕੀ ਕੋ ਕੋ ਹੈ ਨਾ ਉਹਦਾ ਆਈਟਮ ਉਹਨਾਂ ਦੀ ਮਸ਼ਹੂਰ ਸੀ ਵੈਸੇ ਹੀ ਹਾਂ ਉਹਦੀ ਮਸ਼ਹੂਰ ਸੀ ਆਈਟਮ ਮੰਮੀ ਕਰੀ ਜਹੀ ਕਰਨੀ ਹਾਂਜੀ ਹਾਂਜੀ ਇੱਕ ਸਟੇਜ ਤੇ ਹੋਰ ਜਿਹੜਾ ਕੁਝ ਕਰਦੇ ਸੀਗੇ ਮਤਲਬ ਕਰਦਾ ਕੋਸ਼ਿਸ਼ ਜਰਾ ਜੀ ਮਹਾਨ ਕਲਾਕਾਰ ਦੀ ਪੂਰੀ ਨਕਲ ਤਾਂ ਨਹੀਂ ਲਾਹੀ ਜਾ ਸਕਦੀ ਥੋੜਾ ਬਹੁਤ ਨੇੜੇ ਨੇੜੇ ਜੰਦੇ ਜੀ ਉਹ ਹੁਣ ਕੀ ਆ ਬਈ ਮਾਈਕ ਹੈਗਾ ਤੇ ਸਟੇਜ ਤੇ ਆ ਗਿਆ ਪੂਰਾ ਪ੍ਰੋਗਰਾਮ ਕੇ ਦੀਪ ਜਗਮੂਣ ਕੌਰ ਦਾ ਵਿਆਹ ਵਾਲੇ ਲੋਕ ਬੈਠੇ ਆ ਸੁਣ ਰਹੇ ਉਹ ਹੁਣ ਉਹਨੂੰ ਇੱਕ ਤਾਂ ਆਉਂਦੀ ਆ ਤੇ ਇੱਕ ਫਿਰ ਹੋ ਕੇ ਕਰਦੇ ਆ ਉਹ ਗੀਤ ਸ਼ੁਰੂ ਹੋ ਰਿਹਾ ਹੈ ਮੈਂ ਨਹੀਂ ਪਾਇ ਮਣਕੂ ਇਹ ਦੇਖੀ ਮੈਂ ਕਾਰ ਦੀ ਚਾਬੀ ਕਿਤੇ ਵਿੱਚ ਹੀ ਤਾਂ ਨਹੀਂ ਛੱਡਿਆ ਹੈ ਬਿਰਹੋਂ ਦੀ ਰੜਕ ਪਵੇ ਅੱਦੀ ਅਦੀ ਰਾਤੀ ਉਠ ਰੋਣ ਮੈਂ ਮਿੱਤਰਾਂ ਨੂੰ ਤਪੂ ਜਾਣ ਲੱਗਿਆ ਯਾਦ ਕਰਾਂ ਪਾਸਪੋਰਟ ਆਫਿਸ ਹੋ ਕੇ ਜਾਣਾ ਮੈਂ ਸਾਨੂੰ ਨੀਂਦ ਨਾ ਪਵੇ ਇੱਕ ਵਾਰ ਹੋਰ ਕੋਈ ਬੱਚੇ ਕੰਮ ਘੜਾਈ ਜਾਂਦੇ ਮਤਲਬ ਗਾਉਂਦੇ ਹੋਏ ਅੱਛਾ ਇੱਕ ਵਾਰ ਉਹ ਗਾਉਂਦੇ ਹੋਏ ਆਪ ਹੀ ਸਲੋ ਹੋ ਗਏ ਤਾਂ ਹੈ ਬਈ ਤੇ ਉਹ ਸਲੋ ਹੋਈ ਜਾਂਦੇ ਹੋਈ ਜਾਂਦੇ ਉਧਰੋਂ ਜਿਹੜਾ ਤਬਲੇ ਵਾਲਾ ਹੁਣ ਉਹਨਾਂ ਨਾਲ ਮਿਲਾ ਕੇ ਆ ਰਿਹਾ ਹੁਣ ਕਿਵੇਂ ਕਰ ਰਹੇ ਉਹ ਬਈ ਅੱਖੀਆਂ ਲੜਾਈ ਜਾ ਚੁੱਪ ਕਰਕੇ ਅੱਖੀਆਂ ਲੜਾਈ ਓਰੇ ਤਬਲਾ ਹੌਲੀ ਕਰਤਾ ਚੁੱਪ ਕਰਕੇ ਚੁੱਪ ਕਰਕੇ ਚੁੱਪ ਉਹ ਦੂਗਰੀ ਟੋਆ ਪੱਟ ਦੇ ਹੁਣ ਮੈਂ 헤ਠਾ ਕਿੱਥੇ ਆਵਾਂ ਅਚਾ ਹੋਰ ਹੁਣ ਜਗਮਉਨ ਜੀ ਨੂੰ ਪੇਸ਼ ਕਰਨਾ ਹਾਂਜੀ ਦੀਪ ਸਾਬ ਨਾਲ ਨਾਲ ਸਟੇ ਸੈਕਟਿਵ ਵੀ ਹੈ ਨਾ ਹਾਂਜੀ ਹਾਂ ਵੀ ਹੈ ਉਹਨਾਂ ਅਨਾਉਂਸਮੈਂਟ ਹਾਜ਼ਰੀਨ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਹੁਣ ਸਟੇਜ 'ਤੇ ਆ ਰਹੇ ਨੇ ਪੰਜਾਬ ਦੀ ਕੋਇਲ ਜਗਮੋਹਨ 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 ਹੁਣ ਇਹ ਕਹਦਾ ਇਹ ਦੋ ਵਾਰ ਜਗਮੋਹਨ ਕੋਲ ਤਾਂ ਐਂਟਰੀ ਹੋਣੀ ਚਾਹੀਦੀ ਇੱਥੇ ਘੜੀ ਉਹ ਤਾਂ ਹਾਂ ਹਾਂ ਨਿਕਾ ਹੋਣਾ ਹਾਂ ਮੈਂ ਸੱਚ ਇੱਕ ਦਸਨਾ ਭੁੱਲ ਗਿਆ ਤੁਸੀਂ ਲੋਕਾਂ ਨੂੰ ਇਹ ਜੋ ਅੱਜਕੱਲ ਗੁਰਦਾਸ ਮਾਨ ਹੈ ਬਹੁਤ ਚੜ੍ਹਦਾ ਹੈ ਇਹ ਆਪਣਾ ਅਜ਼ੀਜ਼ ਹੈ ਸੋ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚਕਾਰ ਗਰਵਲ ਸਾਬ ਅੱਜ ਜੋ ਤੁਸੀਂ ਚਾਨਣੀ ਕਨਾਤ ਲਾਈ ਹੈ ਮਾਹੌਲ ਬਹੁਤ ਅੱਛਾ ਹੈ ਬਹੁਤ ਵਧੀਆ ਇਸ ਲਈ ਤੁਹਾਡਾ ਥੈਂਕ ਯੂ ਜਿਸ ਤਰ੍ਹਾਂ ਇਹ ਆਡੀਅנס ਸੁਣ ਰਹੀ ਹੈ ਮੈਂ ਇਹ ਗੱਲ ਹਰੇਕ ਸਟੇਜ ਤੇ ਮੈਂ ਇਹ ਗੱਲ ਅੱਜ ਕਹਿਣੀ ਚਾਹਨਾ ਕਿ ਇਹ ਜੋ ਐਸੀਆਂ ਬਾਜ਼ੌਕ ਰੂਹਾਂ ਬੈਠੀਆਂ ਨੇ ਕਿਵੇਂ ਸੁਣ ਰਹੀਆਂ ਨੇ ਕਿਵੇਂ ਬੈਠੇ ਨੇ ਹਰ ਚੀਜ਼ ਸਲੀਕੇ ਦੇ ਵਿੱਚ ਆ ਮੈਂ ਇਹੋ ਜੀ ਆਡੀਅנס ਇਹੋ ਜਿਹਾ ਮਾਹੌਲ ਕਦੇ ਨਹੀਂ ਦੇਖਿਆ ਪਰ ਮੈਂ ਇਹ ਗੱਲ ਹਰੇਕ ਸਟੇਜ ਤੇ ਕਿੰਨਾ ਹੁੰਦਾ ਹਾਂ ਹਾਂ ਤੇ ਤੁਹਾਡੀਆਂ ਜ਼ੋਰਦਾਰ ਤਾੜੀਆਂ ਉਹ ਦਰ ਕਾਲੀ ਹੋਈ ਪਈ ਹੈ ਜਗਮੁਣਕੌਰ ਵੀ ਤੂੰ ਪਾਸੇ ਹੋ ਸਿੱਟੇ ਗਏ ਅਨਾਉਂਸਮੈਂਟ ਉਦੋਂ ਬਾਅਦ ਜਦੋਂ ਕਹਿਤਾ ਕਿ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਆ ਰਹੀ ਹੈ ਜਗਮੁਹਨ 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 ਤੇ ਉਹ ਜਗਮੁਣਕੌਰ ਲੱਗੇ ਫੇਰ ਕੋਈ ਗੱਲ ਸੁਣਾਉਣ ਲੱਗੇ ਫਿਰ ਉਹ ਆ ਕੇ ਝਮੋਟ ਦੇ ਕੇ ਮਾਈਕ ਫੜ ਲੈਂਦੀ ਉਹ ਕਹਿੰਦੀ ਪਾਸ ਪਰ ਆਓ ਤੂੰ ਕਿਆ ਬਾਤ ਹੈ ਦੀਪ ਸਭ ਦੇ ਸੰਦੇਸ਼ ਕੀ ਬਾਤ ਹੈ ਬੜਾ ਵਧੀਆ ਅੱਜ ਤਾਂ ਸਾਡੀ ਟੀਮ ਵੀ ਬੜਾ ਇੰਜੋਏ ਕਰ ਰਹੀ ਹੈ ਅੱਜ ਪਹਿਲਾ ਹੀ ਹਦਾਇਤ ਦਿੱਤੀ ਸਾਡੇ ਕੈਮਰਾਮੈਨ ਮਹੇਸ਼ ਨੇ ਹਸਣਾ ਮਨਾ ਸਾਰਿਆਂ ਨੂੰ ਤੇ ਡੈਡੀ ਨੇ ਵੀ ਕਹਿਦਾ ਸਪੈਸ਼ਲੀ ਕਿ ਅੱਜ ਹਸਣਾ ਮਨਾ ਆਪਣੇ ਹਾਸਾ ਰੋਕ ਕੇ ਬੈਠਿਓ ਅੱਜ ਦਾ ਜਿਹੜਾ ਐਪੀਸੋਡ ਹੈ ਉਹ ਬੜਾ ਕੈਂਟ ਹੋਣ ਵਾਲਾ ਹੈ ਤੋਂ ਨੂੰ ਤਾਂ ਵਿਚਾਰਾ ਲੁੱਕ ਲੁੱਕ ਕੇ ਸਾਡਾ ਨਾ ਹੱਸੀ ਜਾ ਰਿਹਾ ਕਦੇ ਆਪਣੇ ਮੂੰਹ ਤੇ ਹੱਥ ਰੱਖਦੇ ਕਦੇ ਕੁਝ ਤੇ ਬੜਾ ਵਧੀਆ ਲੱਗਿਆ ਸੰਧੂ ਸਾਹਿਬ ਅੱਜ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਨਾ ਸਾਡੀਆਂ ਤੇ ਇਹ ਸ਼ਾਇਦ ਜਿਹੜਾ ਰੰਗ ਇਹ ਰੂਪ ਕਦੇ ਨਾ ਦੇਖਣ ਨੂੰ ਮਿਲਦਾ ਤੇ ਇਹ ਮੈਂ ਪਹਿਲੇ ਵੀ ਕਿਹਾ ਜਿਵੇਂ ਹੌਸਲਾ ਹੀ ਨਹੀਂ ਕਰਦਾ ਕੋਈ ਅਸੀਂ ਇਹ ਗੱਲਾਂ ਦੱਸਣ ਦਾ ਤੇ ਹੁਣ ਇੱਕ ਹੋਰ ਜਿਹੜਾ ਸਾਰੇ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਅੱਜ ਤੱਕ ਵੀ ਪਿਆਰ ਦਿੰਦੇ ਨੇ ਖੈਰ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹਿ ਲੈਜੈਂਡਰੀ ਕੁਲਦੀਪ ਮਾਨਕ ਸਾਹਿਬ ਉਹਨਾਂ ਦੀ ਇੱਕ ਨਕਲ ਬੜੀ ਮਤਲਬ ਕਿ ਜਿਹੜੇ ਉਹਨਾਂ ਦੇ ਨੇੜੇ ਵਾਲੇ ਬੰਦੇ ਆ ਉਹਨਾਂ ਨੂੰ ਤਾਂ ਪਤਾ ਹੋਊਗਾ ਪਰ ਇੰਨੀ ਗਹਿਰਾਈ ਨਾਲ ਜਿਹੜਾ ਅੱਜ ਦੇਖਣਗੇ ਸ਼ਾਇਦ ਉਹਨਾਂ ਨੇ ਜੇ ਨੋਟਿਸ ਨਹੀਂ ਵੀ ਕੀਤਾ ਹੋਊਗਾ ਜਿਨ੍ਹਾਂ ਨੂੰ ਸਾਰਾ ਕੁਝ ਘੁੰਮ ਜਾਣਾ ਦਿਮਾਗ ਤੇ ਅੱਛਾ ਸੋ ਸੰਤੂ ਜੀ ਉਹ ਵੀ ਬਹੁਤ ਕਮਾਲ ਦੀ ਹੁੰਦੀ ਹੈ ਹਾਂ ਉਹ ਮਾਨਕ ਸਾਹਿਬ ਦਾ ਸੀ ਅਸਲ 'ਚ ਉਹ ਇੱਥੇ ਚੰਡੀਗੜ੍ਹ ਨੂੰ ਸੱਦਿਆ ਹੋਇਆ ਸੀ ਚੀਮਾ ਸਟੂਡੀਓ ਦੇ ਵਿੱਚ ਇੱਕ ਫਿਲਮ ਬਣ ਰਹੀ ਸੀ ਜੱਟ ਯੋਧੇ ਅੱਛਾ ਜੀ ਉਹਦੇ ਵਿੱਚ ਸੁਰਜੀਤ ਬਿੰਦਰਖੀਆ ਦਾ ਤੇ ਕੁਲਦੀਪ ਮਾਨਕ ਦਾ ਇਕੱਠਿਆਂ ਗੀਤ ਅਸੀਂ ਗਵਾਇਆ ਸੀ ਰਿਕਾਰਡ ਕੀਤਾ ਸੀਗਾ ਤੇ ਉਹ ਕੁਦਰਤੀ ਫਿਲਮ ਸਾਹਮਣੇ ਨਹੀਂ ਆਈ ਤੇ ਗੀਤ ਵੀ ਸਾਹਮਣੇ ਉਸ ਰੂਪ ਚ ਨਾ ਆ ਸਕਿਆ ਤੇ ਯਾਤਰੀਨ ਵਾਸਤੇ ਵਿੱਚ ਅਸੀਂ ਕਮਰੇ ਬੁੱਕ ਕਰਾਏ ਹੋਏ ਸੀਗੇ ਮਾਨਕ ਸਾਬ ਉਹਨਾਂ ਲਈ ਹੁਣ ਉੱਥੇ ਜਦੋਂ ਬੈਠੇ ਰਾਤ ਨੂੰ ਗੀਤ ਤਾਂ ਹੋ ਗਿਆ ਰਿਕਾਰਡ ਉਹਨੋਂ ਤੇ ਪ੍ਰੋਡਿਊਸਰ ਰਾਏ ਸਿੰਘ ਉਹਦਾ ਅਸਿਸਟੈਂਟ ਨਿਸ਼ੀकांत ਮੈਂ ਬੈਠਾ ਇਕਬਾਲ ਢਿੱਲੋਂ ਬੈਠਾ ਤੇ ਇੱਕ ਸਾਥੀ ਹੋਰ ਬੈਠਾ ਹੁਣ ਉੱਥੇ ਜਦੋਂ ਬੈਠੇ ਤੇ ਮਾਨਕ ਸਾਬ ਬੈਠੇ ਆ ਤੇ ਮਾਨਕ ਸਾਬ ਦਾ ਜਿਹੜਾ ਆਪਦਾ ਅੰਦਾਜ਼ ਆ ਉਦੋਂ ਵੀ ਗੱਲਾਂ ਕਰਦੇ ਵੈਸੇ ਸਟੇਜ ਤੇ ਵੀ ਦੇਖੋ ਤੇ ਉਹਨਾਂ ਨੇ ਨਾ ਸਜਿੰਦਿਆਂ ਨੂੰ ਨਾਲ-ਨਾਲ ਵਿੱਚ ਘੂਰੀ ਜਾਣਾ ਗਾਈ ਵੀ ਜਾਣਾ ਇਦੋਂ ਨਾਲ ਹੈ ਨਾ ਭੱਜਣਾ ਨਹੀਂ ਤੈਨੂੰ ਬਾਅਦ ਚ ਦੇਖੂ ਮੈਂ ਤੇ ਅਦਰੋਂ ਨਾਲ ਜਾੜਾਂ ਜੀਆਂ ਆਪਣੀਆਂ ਕਿਰਚੀ ਜਾਣੀਆਂ ਹੁਣ ਉੱਥੇ ਵੀ ਜਿਹੜਾ ਉਹ ਸਾਰਿਆਂ ਨੂੰ ਦੇਖ ਰਿਹਾ ਵੀ ਕੌਣ-ਕੌਣ ਆ ਤੇ ਐ ਉੱਤੋਂ ਥੱਲੇ ਤੱਕ ਐਂ ਦੇਖ-ਦੇਖ ਕੇ ਮਤਲਬ ਹੁਣ ਕਿਸ ਤਰ੍ਹਾਂ ਹੋ ਜਿਵੇਂ ਟੇਬਲ ਫੈਨ ਹਿਲਦਾ ਹੁੰਦਾ ਨਾ ਹੁੰਦਾ ਹੁੰਦਾ ਮੈਂ ਦੇਖੀ ਗਿਆ ਨੋਟ ਕਰੀ ਗਿਆ ਵੀ ਹੌਣ ਮਾਰਕ ਸਾਬ ਇਦਾਂ ਦਿਖਦੇ ਵੀ ਰਾਈਜ਼ਿੰਗ ਨਿਸ਼ਕान्त ਇਕਵਲਟੀ ਲੋ ਸ਼ਮਸ਼ੀਰ ਸੰਦੂ ਆਖਰੀ ਸੱਜਣਾ ਪਿਛਾੜ ਨਹੀਂ ਫੇਰੇ ਇਥੋਂ ਪੱਕਾ ਮੋੜਦਾ ਹੁਣ ਇਤੋਂ ਵੀ ਅਗਲੇ ਪੈਗ ਤੋਂ ਬਾਅਦ ਫਿਰ ਪਖਾ ਬਣਾਉਣਾ ਪੇਰ ਉਧਰ ਨੂੰ ਜਾ ਰਿਹਾ ਰਾਈਜ਼ਿੰਗ ਓਕੇ ਨਿਸ਼ੀਕਾਂ ਓਕੇ ਕਵਾਲਟੀ ਲੋ ਓਕੇ ਸ਼ਮਸ਼ੀਰ ਸੰਧੂ ਓਕੇ ਹੁਣ ਇੱਥੇ ਆ ਕੇ ਗਰਾਰੀ ਫਸ ਜਾਂਦੀ ਆ ਉਪਚਾਰ ਨਾ ਹੋਇਆ ਕਰੇ ਮਾਰਕ ਸਭ ਨੂੰ ਕਰਨੇ ਚ ਦੱਸਦਾ ਮੈਂ ਕਹੇ ਮਦਨ ਜਲੰਦਰੀ ਹੈ ਚੁੱਪ ਚਾਪ ਬੈਠੇ ਘੂਰੀ ਜਾਂਦੇ ਅੱਜ ਵੀ ਜੈਸੀ ਵੀ ਉਹ ਨਾ ਦੇਖ ਕੇ ਨਾਰਾਜ਼ ਹੋ ਜਵੇ ਕਿ ਮੇਰੇ ਉਸਤਾਦ ਜੀ ਦਾ ਅੱਜ ਇੱਕ ਨਵਾਂ ਇਹ ਅੰਦਾਜ਼ ਜਿਹੜਾ ਉਹਦਾ ਉਸਤਾਦ ਸਾਡਾ ਯਾਰ ਸੀ ਸਹੀ ਗੱਲ ਹੈ ਬਿਲਕੁਲ ਕਿਉਂਕਿ ਬਹੁਤ ਜ਼ਿਆਦਾ ਪਿਆਰ ਰਿਹਾ ਥਾ ਤੁਹਾਡਾ ਅੱਪਾ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਇੱਕ ਐਪੀਸੋਡ ਦੇ ਵਿੱਚ ਉਹਨਾਂ ਬਾਰੇ ਵੀ ਜ਼ਰੂਰ ਕੁਝ ਤਾਂ ਆਪਾਂ ਸ਼ੇਅਰ ਕਰਦੇ ਰਹੇ ਨੇ ਸਮੇਂ ਸਮੇਂ ਸਿਰ ਉਹਨਾਂ ਦਾ ਜ਼ਿਕਰ ਹੁੰਦਾ ਰਹਿੰਦਾ ਤੇ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੇ ਤੁਹਾਡੀ ਜਿਹੜੀਆਂ ਪੁਰਾਣੀਆਂ ਸਾਂਝਾਂ ਔਰ ਜਿਹੜੇ ਉਦੋਂ ਦੇ ਕਿਸੇ ਸਪੈਸ਼ਲੀ ਆਪਾਂ ਇੱਕ ਐਪੀਸੋਡ ਦੇ ਵਿੱਚ ਕਰਨੇ ਵੀ ਆ ਉਹਨਾਂ ਦੇ ਕੋਈ ਨਹੀਂ ਮੈਂ ਆਪਦੀਆਂ ਵੀ ਨਕਲਾਂ ਲਾ ਕੇ ਦਿਖਾਵਾਂਗਾ ਮੇਰੀਆਂ ਹੀ ਕਿਥੀਆਂ ਮਕਬੂਲ ਹੋਣਾਂ ਨੇ ਬਣਾਈਆਂ ਸੀ ਨਸੀਬ ਢੋਲੀ ਨਸੀਬ ਢੋਲੀ ਦੇ ਮਕਬੂਲ ਫਗਵਾੜੇ ਵਾਲਾ ਸਿੰਘ ਅੱਛਾ ਜੀ ਉਹ ਬਿੰਦ ਰੱਖੀਏ ਤੇ ਸੰਧੂ ਦੀਆਂ ਕਰਕੇ ਦਿਖਾਉਂਦੇ ਹੁੰਦੇ ਆ ਅੱਛਾ ਜੀ ਹਾਂ ਵੀ ਇਹ ਕਿੱਦ ਇਹਨਾਂ ਦੀ ਹਰਕਤਾਂ ਬਹੁਤ achiyan hogiyan. ਹੂੰ। ਉਹ ਆਪਾਂ ਦਾ ਆਪ ਹੀ ਨਕਲ ਕਰਕੇ। ਚਲੋ ਬਹੁਤ ਵਧੀਆ ਰਿਹਾ ਸੰਤੂ ਸਾਹਿਬ ਅੱਜ ਗੱਲਾਂ ਬਾਤਾਂ ਦਾ سلسلہ ਵੀ ਤੇ ਅੱਜ ਇਹ ਐਪੀਸੋਡ ਜਿਹੜਾ ਜਿੰਨਾ ਅੱਜ ਤੱਕ ਦੇ ਐਪੀਸੋਡਾਂ ਵਿੱਚੋਂ ਅੱਜ ਦਾ ਐਪੀਸੋਡ ਐਂਟਰਟੇਨਿੰਗ ਹੋਇਆ ਨਾ ਮੈਨੂੰ ਨਹੀਂ ਲੱਗਦਾ ਕਿ ਖਟਮਾ ਹੋ ਗਿਆ। ਬਿਲਕੁਲ ਖਟਮਾ ਬਿਲਕੁਲ ਖਟਮਾ ਅੰਦਾਜ਼ ਵੀ ਤੁਹਾਡਾ ਦੇਖਣ ਨੂੰ ਮਿਲਿਆ ਕਿਉਂਕਿ ਆਪਾਂ ਪਹਿਲਾਂ ਚਰਚਾ ਕਰਦੇ ਸੀਗੇ ਗੀਤਾਂ 'ਤੇ ਤੇ ਫਿਰ ਉਸ ਤੋਂ ਬਾਅਦ ਗੱਲਾਂ ਦੇ ਉੱਪਰ ਕਿਉਂਕਿ ਲੋਕ ਇਸ ਸੀਰੀਜ਼ ਨੂੰ ਜਦੋਂ ਆਪਾਂ ਸ਼ੁਰੂ ਕੀਤਾ ਹੈ ਨਾ ਗੱਲਾਂ ਨੂੰ ਸੁਣ ਕੇ ਇੰਜੋਏ ਕਰਨਾ ਸ਼ੁਰੂ ਕੀਤਾ ਪਰ ਅੱਜ ਦੇ ਇਸ ਐਪੀਸੋਡ ਤੋਂ ਬਾਅਦ ਸ਼ਾਇਦ ਫਰਮਾਇਸ਼ ਹੋਣੀ ਇਹਦੀ ਵੀ ਆਣ ਲੱਗ ਜੇ ਛੇਤੀ ਕਿ ਜਿਹੜੇ ਹੋਰ ਬਾਕੀ ਰਹਿ ਗਏ ਉਹਨਾਂ ਦੀ ਵੀ ਫਟਾਫਟ ਦੱਸੋ ਸਾਨੂੰ ਸੋ ਅੱਜ ਬਹੁਤ ਵਧੀਆ ਲੱਗਾ ਸਾਡੀ ਟੀਮ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਸੋ ਥੈਂਕ ਯੂ ਸੋ ਮੱਚ ਸਮਸਬ ਆਪਾਂ ਅਗਲੇ ਐਪੀਸੋਡ ਦੇ ਵਿੱਚ ਫਿਰ ਕਿਸੇ ਹੋਰ ਬਾਰੇ ਜ਼ਰੂਰ ਚਰਚਾ ਕਰਾਂਗੇ ਨੇ ਥੈਂਕ ਯੂ ਸੋ ਮੱਚ ਸੋ ਕਿਵੇਂ ਦਾ ਲੱਗੇ ਅੱਜ ਦਾ ਇਹ ਐਪੀਸੋਡ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਪੋਟੀਫਾਈ ਤੇ ਜਿਹੜੇ ਇਹ ਐਪੀਸੋਡ ਨੂੰ ਲਿੰਕ ਅੱਗੇ ਫਾਰਵਰਡ ਕਰਿਓ ਤਾਂ ਕਿ ਹੋਰ ਲੋਕ ਵੀ ਕਿਸੇ ਜ਼ਰੂਰ ਸੁਣ ਸਕਣ ਪਰ ਅੱਜ ਦਾ ਇਹ ਐਪੀਸੋਡ ਮੇਨਲੀ ਦੇਖਣ ਵਾਲਾ ਜਾਦਾ ਹੈ ਕਿਉਂਕਿ ਇਹਨੂੰ ਤਾਂ ਹੀ ਕਹਿੰਨੇ ਕਿ YouTube ਤੇ ਜਾ ਕੇ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦਿਓ ਆ ਗਿਆ ਧੰਨਵਾਦ ਅੰਗਰੇਜ਼ ਅਲੀ ਆ ਰਵਿੰਦਰ ਗਰੇਵਾਲ ਆ ਦਿਲਜੀਤ ਦਸਾਜ ਆ ਇਹ ਸਾਰੇ ਇੱਕ ਤਰ੍ਹਾਂ ਨਾਲ ਇਹ ਗੱਲ ਸਾਡੀ ਹੋਈ ਸੀ ਟੀ ਸੀਰੀਜ਼ ਦੇ ਨੌਇਡਾ ਦੇ ਗੈਸਟ ਹਾਊਸ ਤੇ ਬੈਠ ਕੇ ਜਿਹੜਾ ਦਿਲਜੀਤ ਬਾਰੇ ਦੱਸਣਾ ਚਾਹਉਣਾ ਉਹ ਹੈਪੀ ਸਾਨੂੰ ਕਹਿੰਦਾ ਹੁੰਦਾ ਸੀ ਵੀ ਅਸੀਂ ਕਲਾਸ ਫੈਲੋ ਆ ਅਸੀਂ ਇਕੱਠੇ ਪੜ੍ਹੇ ਹੋਏ ਆ ਤੇ ਮੈਂ ਤਾਂ ਮਤਲਬ ਵੀ ਨਾ ਜਣੀ ਪਜ਼ਲ ਹੋ ਗਿਆ ਕਬਰ ਆ ਗਿਆ